ਬਹੁਤ ਜ਼ੋਰ ਦਿੱਤਾ ਗੁਰੂ ਨਾਨਕ ਸਾਹਿਬ ਨੇ ਅੰਮ੍ਰਿਤ ਵੇਲੇ ਦੇ ਉੱਪਰ ਬਹੁਤ ਜ਼ੋਰ। ਔਰ ਨਹੀਂ ਪ੍ਰਵਾਨ ਹੁੰਦਾ ਸੀ ਉਹ ਸਰੀਰ ਜਿਹੜਾ ਅੰਮ੍ਰਿਤ ਵੇਲੇ ਨਾ ਜਾਗੇ। ਗੱਲ ਹੀ ਗੁਰੂ ਨਾਨਕ ਸਾਹਿਬ ਨੇ ਅੰਮ੍ਰਿਤ ਵੇਲੇ ਦੀ ਇਬਾਦਤ ਦੀ ਕੀਤੀ ਹੈ, ਤਾਰਿਆਂ ਦੀ ਛਾਂ ਦੀ ਕੀਤੀ ਹੈ। ਸੱਚਾ ਵਾਹਿਗੁਰੂ, ਸੱਚਾ ਸਾਹਿਬ, ਸੱਚ ਨੇ ਪਾਖਿਆ ਪਾਓ, ਆਖੇ ਮੰਗੇ ਦਾਤ ਕਰੇ, ਫੇਰ ਕਹਿ ਅੱਗੇ ਰੱਖੀ ਹੈ ਜਿੱਤ, ਮੂੰਹ ਕਹਿ ਬੋਲਣ ਬੋਲੀ ਹੈ ਜਿੱਤ ਸੁਣ ਪਿਆਰ। ਬਾਦਸ਼ਾਹ ਕਹਿੰਦਾ ਫੇਰ ਕਹਿ ਅੱਗੇ ਰੱਖੀ ਹੈ ਮੈਂ ਕੀ, ਮੂੰਹ ਕਹਿ ਬੋਲਣ ਬੋਲੀ ਕੀ ਬੋਲਾਂ, ਕਿ ਜਿਹਦੇ ਨਾਲ ਯਾਰੀ ਗੰਢੀ ਜਾਵੇ ਉਹਦੇ ਨਾਲ ਮੇਰੀ ਯਾਰੀ ਗੰਢੀ ਜਾਵੇ, ਦੋ ਤੋਂ ਇੱਕ ਹੋ ਜਾਈਏ ਯਾਰੀ ਗੰਢੀ ਜਾਵੇ। ਪਾਤਸ਼ਾਹ ਕਹਿੰਦੇ ਫਿਰ ਕਰਨਾ ਇੱਕ ਕੰਮ, ਕਹਿੰਦੇ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ। ਜਦੋਂ ਬਾਬੇ ਨਾਨਕ ਨੂੰ ਵਾਹਿਗੁਰੂ, ਜਦੋਂ ਬਾਬਾ ਮਰਦਾਨਾ ਜੀ ਨੂੰ ਵੀ ਨਾਲ ਲੈ ਕੇ ਤੁਰਨਾ ਸੀ, ਆ ਤਿੰਨ ਬਚਨ ਦਿੱਤੇ ਸਨ ਮਰਦਾਨਿਆਂ, ਅੰਮ੍ਰਿਤ ਵੇਲਾ ਸੋਣਾ ਨਹੀਂ ਜੇ ਸਾਡੇ ਨਾਲ ਚੱਲਣਾ, ਅੰਮ੍ਰਿਤ ਵੇਲਾ ਇਬਾਦਤ ਦਾ ਵੇਲਾ, ਤਾਰਿਆਂ ਦੀ ਛਾਂ ਦਾ ਵੇਲਾ, ਸੰਭਾਲਣਾ ਪਏਗਾ ਜੀ ਪਾਤਸ਼ਾਹ ਸਾਹਿਬ। ਦੂਜਾ, ਸਿਰ ਦੀ ਖੋਪੜੀ ਤੋਂ ਲੈ ਕੇ ਪੈਰ ਦੇ ਨੂੰ ਤੱਕ ਰੋਮਾਂ ਦੀ ਬੇਦਮੀ ਨਹੀਂ ਕਰਨੀ। ਤੀਜਾ, ਆਏਗਾ ਸੰਤ ਮਹਾਂਪੁਰਖਾਂ ਦੀ ਸੇਵਾ ਕਰਨੀ ਜੀ ਪਾਤਸ਼ਾਹ ਸਾਹਿਬ। ਪਰ ਪਹਿਲਾ ਬਚਨ ਕਿਹੜਾ ਜੀ? ਅੰਮ੍ਰਿਤ ਵੇਲਾ। ਕਰਮਾਂ ਵਾਲਿਓ, ਕਿਸੇ ਨੂੰ ਛੂਟ ਨਹੀਂ ਜੇ ਕਿਸੇ, ਜੇ ਗੁਰੂ ਨਾਨਕ ਸਾਹਿਬ ਮਹਾਰਾਜ ਗੁਰੂ ਅੰਗਦ ਸਾਹਿਬ ਮਹਾਰਾਜ ਨੂੰ ਇੰਨੀ ਗੱਲ ਕਹਿੰਦੇ ਪਏ ਨੇ ਤੇ ਸਾਨੂੰ ਛੂਟ ਹੋਏਗੀ? ਸਾਨੂੰ ਛੂਟ ਹੋਏਗੀ ਨਾ? ਨਾ, ਪੁੱਛ ਲਓ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਪਾਤਸ਼ਾਹ ਆਪ ਜੀ ਕੀ ਕਹਿੰਦੇ ਹੋ? ਤੇ ਬਾਬਾ ਫਰੀਦ ਜੀ ਦੀ ਰਸਨਾ ਤੇ ਬਹਿ ਕੇ ਸਤਿਗੁਰੂ ਜੀ ਬੋਲੇ, ਕਹਿੰਦੇ ਫਰੀਦਾ ਪਿੱਛਲ ਰਾਤ ਨਾ ਜਾਗਿਓ, ਇੱਦਾਂ ਗੱਲ ਕਰਦੇ ਨੇ। ਇਸ ਪੰਕਤੀ ਨੂੰ ਇੱਦਾਂ ਪੜ੍ਹਨਾ ਜਿਵੇਂ ਮੈਂ ਕਿਸੇ ਨੂੰ ਕਹਿੰਦਾ ਤੂੰ ਇਹ ਕੰਮ ਨਹੀਂ ਕੀਤਾ, ਇਹ ਕੰਮ ਨਹੀਂ ਕੀਤਾ, ਇੱਦਾਂ ਹੀ ਸਤਿਗੁਰ ਕਹਿੰਦੇ ਨੇ ਫਰੀਦਾ ਪਿੱਛਲ ਰਾਤ ਨਾ ਜਾਗਿਓ। ਕਹਿੰਦੇ ਜੀਵੰਦੜੋ ਮੋਇਓ ਆਖੋ ਸਤਨਾਮ, ਜੀਂਦਿਆਂ ਹੀ ਮੋਇਆਂ ਦੇ ਬਰਾਬਰ। ਸਤਿਗੁਰ ਕਹਿੰਦੇ ਦੁਨੀਆਂ ਦੀ ਨਿਗਾਹ 'ਚ ਤੂੰ ਜੀਂਦਾ ਹੋਏਗਾ, ਪਰ ਮੇਰੀ ਨਿਗਾਹ 'ਚ, ਸਤਿਗੁਰ ਜੀ ਦੀ ਨਿਗਾਹ 'ਚ, ਸਤਿਗੁਰੂ ਜੀ ਕਹਿੰਦੇ ਮੇਰੀ ਨਿਗਾਹ 'ਚ ਮਰੇ ਹੈ, ਤੇ ਮਰੇ ਦੀ ਕੋਈ ਕੀਮਤ ਨਹੀਂ ਹੁੰਦੀ, ਮਰੇ ਦੇ ਸ਼ਿੰਗਾਰ ਦੀ ਕੋਈ ਕੀਮਤ ਨਹੀਂ, ਮਰੇ ਦੇ ਖਾਣੇ ਪੀਣੇ ਦੀ ਕੋਈ ਕੀਮਤ, ਮਰ ਹੀ ਗਿਆ ਤੇ ਗੱਲ ਹੀ ਖਤਮ ਹੋ ਗਈ, ਉਹਨੂੰ ਫੂਕਤਾ ਜਾਂਦਾ। ਸਤਿਗੁਰੂ ਜੀ ਦੀ ਨਿਗਾਹ 'ਚ ਜਿਹਦੀ ਵੈਲਿਊ ਜ਼ੀਰੋ ਹੋ ਗਈ, ਉਹ ਜਿਹਦੀ ਵੈਲਿਊ ਜ਼ੀਰੋ ਹੋ ਗਈ ਕਾਹਦਾ ਜੀਵਨ ਉਹਦਾ, ਫਿਰ ਕਾਹਦਾ ਜੀਵਨ? ਆ ਬੋਲਨੇ ਸਤਿਗੁਰਾਂ ਦੇ। ਤੇ ਦੂਜੇ ਪਾਸੇ ਜਿਹੜੇ ਜਾਗਦੇ ਨੇ ਅੰਮ੍ਰਿਤ ਵੇਲੇ, ਜਿਹੜੇ ਜਾਗਦੇ ਨੇ ਉਹਨਾਂ ਵਾਸਤੇ ਕੀ ਬਖਸ਼ਿਸ਼ਾਂ ਦਿੱਤੀਆਂ ਜੀ? ਕਹਿੰਦੇ ਪਹਿਲੇ ਪੈਰੇ ਫੁੱਲੜਾ ਫਲ ਵੀ ਪਛਾ ਰਾਤ, ਕਹਿੰਦੇ ਜੋ ਜਾਗਨ ਲਹਿਨ ਸੇ ਸਾਈਂ ਕੰਨੋ ਦਾ, ਜੋ ਜਾਗਨ ਲਹਿਨ ਸੇ ਸਾਈਂ ਕੰਨੋ ਦਾ, ਉਹ ਜਿਹੜਾ ਜਾਗ ਜਾਏਗਾ ਲੈ ਜਾਏਗਾ ਗੁਰੂ ਨਾਨਕ ਕੋਲੋਂ ਦਾਤਾ ਲੈ ਜਾਏਗਾ। ਨੌਕ ਕਰਿਆ ਕਰੋ ਨੌਕ, ਅੰਮ੍ਰਿਤ ਵੇਲੇ ਬੈਠ ਕੇ ਸਾਧ ਸੰਗਤ ਜਦੋਂ ਇਬਾਦਤ 'ਚ ਬੈਠਦੇ ਹੋ, ਇਹ ਨੌਕ ਕਰਨਾ ਹੈ, ਬੂਆ ਨੌਕ ਕਰਨਾ, ਰੱਬ ਦਾ ਬੂਆ ਨੌਕ ਕੀਤਾ ਤੇ ਅੰਦਰੋਂ ਆਵਾਜ਼ ਆਈ ਤੂੰ ਕੌਣ ਹੈ, ਜਿਵੇਂ ਆਪਾਂ ਬੈਲ ਵੱਜਦੀ ਆਪਾਂ ਕਹਿੰਦੇ ਕੌਣ ਹੈ, ਏਦਾਂ ਬੋਲਦੇ ਨਾ ਕੌਣ ਹੈ, ਤੇ ਅੰਦਰੋਂ ਆਵਾਜ਼ ਆਈ ਤੂੰ ਕੌਣ ਰੇ, ਤੇ ਬਾਰਲਾ ਕਹਿੰਦਾ ਮੈਂ ਜੀ ਨਾਮਾ, ਹਾਂ ਜੀ ਆਲਾ ਤੇ ਨਿਵਾਰਨਾ ਜਮ ਕਾਰਨ। ਆਹ ਬੜਾ ਭਿਆਨਕ ਸੰਸਾਰ ਸਮੁੰਦਰ ਮੈਨੂੰ ਪਾਰ ਲੰਘਾ, ਬੜਾ ਲੋਕਾਂ ਨੇ ਜਮ ਤਾਂ ਡਰਾਇਆ ਹੋਇਆ ਪਾਰ ਲੰਘਾ, ਆਵਾਜ਼ ਆਈ ਕਿ ਨਹੀਂ ਆਈ ਅੰਦਰੋਂ? ਪਰ ਸ਼ਰਤ ਇੱਕ ਕਿ ਨੌਕ ਕੀਤਾ। ਦੂਜੀ ਇਗਜ਼ਾਮਪਲ, ਇੱਕ ਪੰਛੀ ਦੀ ਦਿੱਤੀ ਸਤਿਗੁਰਾਂ ਨੇ, ਪੰਛੀ ਦੀ ਬਾਬੀ ਹੈ ਦੀ, ਬਾਬੀ ਹੈ ਨੇ ਰੋਜ਼ ਨੌਕ ਕੀਤਾ ਜੀ, ਬਹਿ ਗਿਆ ਨੌਕ ਕਰਨ, ਰੋਜ਼ ਬੇਨਤੀਆਂ ਭੇਜ ਰਿਹਾ, ਰੋਜ਼ ਬਬੀਹਾ ਪ੍ਰਿਓ ਪ੍ਰਿਓ ਕਰੇ, ਆਵਾਜ਼ ਵੀ ਦੱਸੀ ਕਿੱਦਾਂ ਦੀ ਆਵਾਜ਼, ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਪ੍ਰਿਓ ਪ੍ਰਿਓ ਕਰੇ ਜਲ ਨਿਦ ਪ੍ਰੇਮ ਪਿਆਰ। ਕਹਿੰਦੇ ਅੰਮ੍ਰਿਤ ਵੇਲੇ ਬੋਲਿਆ,
ਇਹ ਨੌਕ ਕਰਨਾ ਸੀ ਉਹਦਾ। ਕੀ ਬਬੀਹਾ ਦਿਨ ਵੇਲੇ ਨਹੀਂ ਬੋਲਦਾ? ਦੱਸੋ ਜੀ, ਕੀ ਦੁਪਹਿਰ ਨੂੰ ਨਹੀਂ ਬੋਲਦਾ, ਗੂੰਗਾ ਹੋ ਜਾਂਦਾ? ਨਹੀਂ ਬੋਲਦਾ, ਬੋਲਦਾ। ਪਰ ਇੱਕ ਪੰਛੀ ਨੂੰ ਸਮਝ ਲੱਗ ਗਈ ਕਿ ਅੰਮ੍ਰਿਤ ਵੇਲੇ ਦਾ ਬੋਲਿਆ ਜਲਦੀ ਸੁਣਿਆ ਜਾਏਗਾ। ਸਤਨਾਮ। ਅੰਮ੍ਰਿਤ ਵੇਲੇ ਦਾ ਬੋਲਿਆ ਦਰਗਾਹ 'ਚ ਪ੍ਰਵਾਨ ਹੋ ਜਾਏਗਾ। ਬਸ ਬਹਿ ਗਿਆ ਜੀ, ਕੋਈ ਅੰਮ੍ਰਿਤ ਵੇਲਾ ਨਾਗਾ ਨਹੀਂ। ਸਵਾਂਤੀ ਬੂੰਦ ਦੀ ਬੇਨਤੀ ਹੈ। ਪਾਤਸ਼ਾਹ ਕਹਿੰਦੇ ਬਾਬੀ ਹਾਂ ਬੇਨਤੀ ਕਰੇ, ਕਰ ਕਿਰਪਾ ਦਿਓ ਜੀ ਦਾਨ। ਆਵਾਜ਼ ਆਈ, ਓਏ ਐਡਾ ਪਾਣੀ ਤੇਰੇ ਆਲੇ ਦੁਆਲੇ, ਨਦੀਆਂ ਤੁਰਦੀਆਂ, ਨਾਲੇ ਤੁਰਦੇ, ਸਮੁੰਦਰ ਪਿਆ। ਪਰ ਬਬੀਹੇ ਨੂੰ ਸਿੱਧੀ ਬੂੰਦ ਚਾਹੀਦੀ ਹੁੰਦੀ ਹੈ, ਬਦਲਾਂ ਤੋਂ ਜਿਹੜੀ ਸਿੱਧੀ ਬੂੰਦ ਗਈ, ਉਹ ਨਹੀਂ ਪੀਂਦਾ ਪਾਣੀ, ਸਿੱਧਾ ਬਦਲਾਂ ਪਾਤਸ਼ਾਹ ਕਹਿੰਦੇ ਬਬੀਹਾ ਬੇਨਤੀ ਕਰੇ, ਕਰ ਕਿਰਪਾ ਦਿਓ ਜੀ ਦਾਨ। ਉਹ ਮੈਨੂੰ ਜੀ ਦਾਨ ਦਿਓ, ਜੇ ਜੀ ਦਾਨ ਨਹੀਂ ਦਿੱਤਾ ਮਰ ਜਾਵਾਂਗਾ, ਮੇਰੇ ਪ੍ਰਾਣ ਨਿਕਲ ਜਾਣਗੇ। ਕਹਿੰਦੇ ਜਲ ਬਿਨ ਪਿਆਸ ਨਾ ਉਤਰੈ, ਛਿਟਕ ਜਾਏ ਮੇਰੇ ਪ੍ਰਾਣ। ਜਲ ਤੋਂ ਬਿਨਾਂ ਮੇਰੀ ਪਿਆਸ ਨਹੀਂ ਬੁੱਝਣੀ ਤੇ ਪ੍ਰਾਣ ਛੁੱਟ ਜਾਣਗੇ ਮੇਰੇ ਤੇ। ਰੋਜ਼ ਦੇ 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 ਦੇ, ਰੋਜ਼ ਨੌਕ ਕਰਦਾ ਪਿਆ ਉਹਦਾ ਬੂਆ ਰੋਜ਼। ਤੇ ਹੋਇਆ ਕੀ ਜੀ, ਜਿਹਦਾ ਬੂਆ ਨੌਕ ਕਰਦਾ ਪਿਆ ਸੀ ਵਾਹਿਗੁਰੂ ਜੀ ਦਾ, ਫਿਰ ਵਾਹਿਗੁਰੂ ਜੀ ਨੇ ਫਰਮਾਨ ਜਾਰੀ ਕਰ ਦਿੱਤਾ। ਆਖੋ ਸਤਨਾਮ। ਫਰਮਾਨ ਕਹਿੰਦੇ ਦਿਓ ਏ ਦਿਓ, ਜੋ ਮੰਗਦਾ ਦਿਓ। ਰੋਜ਼ ਬਹਿ ਜਾਂਦਾ, ਬੇਨਤੀਆਂ ਭੇਜਦਾ, ਰੋਜ਼ ਬੂਏ ਖੜਕਾਈ ਜਾਂਦਾ, ਰੋਜ਼ ਨੌਕ ਕਰੀ ਜਾਂਦਾ, ਦਿਓ ਜੋ ਦਿੰਦੇ ਮੰਗਦਾ। ਮੇਘੇ ਨੂੰ ਬੋਲੋ ਨਾ ਸੰਗਤ ਜੀ, ਮੇਘੇ ਨੂੰ ਫੁਰਮਾਨ ਹੋਵਾ ਵਰਸੋ, ਵਰਸੋ। ਮੇਘੇ ਕਹਿੰਦੇ ਬਦਲਾਂ ਨੂੰ, ਬਦਲਾਂ ਨੂੰ ਹੁਕਮ ਹੋ ਗਿਆ ਵਾਹਿਗੁਰੂ ਜੀ ਦਾ, ਓਏ ਵਰਸ ਪੋ, ਜੋ ਮੰਗਦਾ ਹੈ ਦਿਓ, ਇਹਨੂੰ ਦਿਓ। ਨੌਕ ਤਾਂ ਕਰੋ ਕਰਮਾਂ ਵਾਲਿਓ, ਨੌਕ ਤਾਂ ਕਰੋ। ਹੋ ਸਕਦਾ ਗੁਰੂ ਨਾਨਕ ਦਾਤ ਲੈ ਕੇ ਬੈਠੇ ਹੋਣ, ਦਾਤ ਲੈ ਕੇ ਬੈਠੇ ਹੋਣ ਤੁਹਾਡੇ ਲਈ, ਪਰ ਸ਼ਰਤ ਇੱਕ ਹੁੰਦੀ ਹੈ ਸਤਿਗੁਰਾਂ ਦੀ। ਭਾਈ ਗੁਰਦਾਸ ਜੀ ਕਹਿੰਦੇ ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆ ਗਏ ਹੋਏ। ਕਰੋੜਾਂ ਕਦਮ ਵਧਾਉਣ ਲਈ ਗੁਰੂ ਜੀ ਤਿਆਰ ਨੇ। ਉਹ ਸਿੱਖਾ ਤੇਰੀ ਝੋਲੀ ਭਰਨ ਲਈ ਗੁਰੂ ਜੀ ਤਿਆਰ ਨੇ, ਬਲਕਿ ਤੇਰੇ ਤੋਂ ਜ਼ਿਆਦਾ ਉਤਾਵਲੇ ਨੇ ਤੇਰੀ ਝੋਲੀ ਭਰਨ ਲਈ। ਪਰ ਸਤਿਗੁਰਾਂ ਦੀ ਸ਼ਰਤ ਇੱਕ ਹੈ, ਪਹਿਲਾ ਕਦਮ ਤੇਰੇ ਵੱਲੋਂ। ਆਖੋ ਸਤਨਾਮ। ਪਹਿਲਾ ਕਦਮ ਤੇਰੇ, ਸਾਰੀ ਜ਼ਿੰਦਗੀ ਲੰਘ ਜਾਂਦੀ ਜੀ, ਉਹ ਪਹਿਲਾ ਕਦਮ ਹੀ ਨਹੀਂ ਚੱਕਿਆ ਜਾਂਦਾ। ਪਾਤਸ਼ਾਹ ਕਹਿੰਦੇ ਬੂਆ ਤਾਂ ਖੜਕਾ। ਹੋ ਸਕਦਾ ਗੁਰੂ ਸਾਹਿਬ ਦਾਤ ਲੈ ਕੇ ਬੈਠੇ ਹੋਣ, ਦਾਤ ਲੈ ਕੇ ਬੈਠੇ ਹੋਣ ਤੇ ਅਸੀਂ ਬੂਆ ਹੀ ਨਹੀਂ ਖੜਕਾਉਂਦੇ। ਹਾਂ, ਜਿਸ ਦਿਨ ਬੂਆ ਖੜਕਾਵਾਂਗੇ ਗੱਲ ਬਣ ਜਾਏਗੀ ਜੀ, ਗੱਲ ਬਣ ਜਾਏਗੀ। ਸਤਿਗੁਰਾਂ ਦੀ ਹਜ਼ੂਰੀ ਮੈਂ ਗੱਲ ਕਰਨ ਲੱਗਾ। ਸਤਿ ਸ਼੍ਰੀ ਅਕਾਲ। ਲੁਧਿਆਣੇ ਇੱਕ ਸਿੰਘ ਹੈ, ਤਕਰੀਬਨ ਹਰ ਦੀਵਾਨ 'ਚ ਆਉਂਦਾ ਜੀ, ਅੰਮ੍ਰਿਤ ਵੇਲੇ ਸਿਮਰਨ ਸਾਧਨਾ ਵੀ, ਉਹ ਗੁਰੂ ਕੀ ਬਖਸ਼ਿਸ਼ ਹੈ ਉਹਦੇ। ਔਰ ਜਿਹੜੇ ਤੁਸੀਂ ਚੈਨਲਾਂ ਦੇ ਵਿੱਚ ਦੀਵਾਨ ਦੇਖਦੇ ਹੋ, ਇਹ ਬੁੱਧਵਾਰ ਰਿਕਾਰਡਿੰਗ ਆਉਂਦੀ ਵੈਨਸਡੇ, ਹਰ ਵੈਨਸਡੇ ਉਹਨੇ ਆਉਣਾ ਹੀ ਆਉਣਾ, ਦੀਵਾਨ ਅਟੈਂਡ ਕਰਨਾ ਹੀ ਕਰਨਾ। 14-15 ਸਾਲ ਲੰਘ ਗਏ ਘਰ 'ਚ ਦਾਤ ਨਹੀਂ। ਮੈਂ ਗੱਲ ਲਗਾਈ ਵੀ ਸੀ ਜੀ, ਦੱਸੀ ਵੀ ਸੀ, ਘਰ ਦਾਤ ਨਹੀਂ ਮਿਲੀ। ਮੈਂ ਕਹਿੰਦਾ ਧਨ ਉਹ, ਧਨ ਉਹਦੀ ਘਰ ਵਾਲੀ, ਤੇ ਸਭ ਤੋਂ ਵੱਧ ਧਨ ਉਹਦੀ ਮਾਤਾ, ਮਦਰ ਉਹਦੀ, ਮੰਮੀ ਮਾਤਾ। ਕਾਰਨ, ਵਿਆਹ ਤੋਂ 4 ਸਾਲ ਲੰਘ ਜਾਣਾ, 4 ਸਾਲ, 3 ਸਾਲ, 4 ਸਾਲ, 5 ਸਾਲ, ਤੇ ਜਿਹੜੀਆਂ ਸੱਸਾਂ ਆਉਂਦੀਆਂ ਇਹੀ ਕੰਮ ਖਰਾਬ ਕਰਦੀਆਂ। ਵਾਰਸ ਚਾਹੀਦਾ ਹੈ, ਭਾਵੇਂ ਜਿੱਥੇ ਮਰਜ਼ੀ, ਭਾਵੇਂ ਕਬਰਾਂ 'ਚ ਜਾਣਾ ਪਵੇ, ਭਾਵੇਂ ਮਜ਼ਾਰਾਂ 'ਚ ਜਾਣਾ ਪਵੇ, ਭਾਵੇਂ ਕਿਤੇ ਧੱਕੇ ਖਾਣੇ ਪੈਣ ਇੱਧਰ ਉੱਧਰ ਦੀ, ਕਹਿ ਕੇ ਦੀਵੇ ਬਾਲਣੇ, ਆਹ ਕਰ ਨਾ ਬਈ ਨਾ, ਇੱਕ ਟੇਕ 'ਚ ਬੈਠੋ, ਭਰੋਸੇ 'ਚ ਬੈਠੋ। ਤੁਮੇ ਛੱਡ ਕੋਈ ਅਵਰ ਨਾ ਧਿਆਉ, ਜੋਬਰ ਚਾਹੋ ਲੈਣਾ ਤੇਰੇ ਤੋਂ ਲੈਣਾ ਜੀ, ਮੈਂ ਦੂਜੇ ਕੋਲ ਕਿਉਂ ਮੰਗਾਂ? ਪਿਓ ਮੇਰਾ ਐਡਾ ਵੱਡਾ, ਮੈਂ ਆਪਣੇ ਪਿਓ ਕੋਲ ਕਿਉਂ ਨਾ ਮੰਗਾਂ? ਉਹ ਮਾਂ ਨੇ ਕਿਤੇ ਨਹੀਂ ਜਾਣ ਦਿੱਤਾ ਜੀ ਬੱਚਿਆਂ, ਕਿਤੇ ਨਹੀਂ। ਤਾਂ ਹਰ ਘਰ 'ਚ ਵਾਰਸ ਚਾਹੀਦਾ, ਵੰਸ ਅੱਗੇ ਤੋਰਨ ਲਈ ਔਲਾਦ ਚਾਹੀਦੀ। 15 ਸਾਲ ਮੈਡੀਕਲ ਇਲਾਜ ਚੱਲਦਾ ਰਿਹਾ,
ਕੋਈ ਹੱਲ ਨਹੀਂ। ਲਾਸਟ 'ਚ IVF ਤੁਹਾਨੂੰ ਪਤਾ ਹੀ ਹੈ, ਉਹਨਾਂ ਨੇ ਉਹਦਾ ਫੈਸਲਾ ਲਿਆ। 99% ਸਤਸੰਗਤ ਮਤਲਬ ਕਿਰਪਾ ਹੋ ਜਾਂਦੀ ਹੈ, ਕੰਸੀਵ ਹੋ ਜਾਂਦਾ ਹੈ, ਪਰ ਕੁਦਰਤ ਦੀ ਨੀਅਤ ਸਤਸੰਗਤ ਪਤਾ ਨਹੀਂ ਕੀ ਗੱਲ ਬਣੀ, ਉਹਦਾ ਕੇਸ ਖਰਾਬ ਹੋ ਗਿਆ। ਔਰ ਐਸਾ ਕੇਸ ਖਰਾਬ ਹੋਇਆ, ਨਹੀਂ ਤਾਂ IVF ਦੁਬਾਰਾ ਵੀ ਤੀਸਰੀ ਵਾਰੀ ਵੀ ਹੋ ਜਾਂਦਾ ਜੀ, ਐਸੀ ਕੋਈ ਗੱਲ ਨਹੀਂ ਕਿ ਡਾਕਟਰ ਨੇ ਨਾ ਕਰ ਦਿੱਤੀ ਕਿ ਭਾਈ ਪਤਾ ਨਹੀਂ ਕਿਸ ਤਰੀਕੇ ਨਾਲ ਕੇਸ ਖਰਾਬ ਹੋਇਆ, ਕਹਿੰਦਾ ਜੀ ਹੁਣ ਨਹੀਂ ਔਲਾਦ ਹੋ ਸਕਦੀ ਤੁਹਾਨੂੰ। ਤੇ ਇਹਨਾਂ ਨੇ ਲਾਸਟ ਇੱਕ ਡਿਸੀਜਨ ਲੈ ਲਿਆ ਲਾਸਟ ਕਿ ਬੱਚਾ ਅਡੋਪਟ ਕਰ ਲੈਂਦੇ ਹਾਂ। ਹੁਣ ਜਦੋਂ ਸਾਰੇ ਦਰਵਾਜ਼ੇ ਬੰਦ ਹੋ ਗਏ, ਇਹ ਡਿਸੀਜਨ ਬੰਦਾ ਕਦੋਂ ਲੈਂਦਾ ਜਦੋਂ ਸਭ ਦਰਵਾਜ਼ੇ ਬੰਦ, ਸਾਰੀਆਂ ਆਸਾਂ ਖਤਮ। ਕਹਿੰਦੇ ਜੀ ਬੱਚਾ ਆਪਾਂ ਅਡੋਪਟ ਕਰ ਲੈਂਦੇ ਹਾਂ, ਗੋਦ ਲੈ ਲੈਂਦੇ ਹਾਂ। ਹੁਣ ਮਾਂ ਨਾ ਮੰਨੇ, ਮਾਂ ਕਹਿੰਦੇ ਨਾ ਤੇਰਾ ਖੂਨ ਚਾਹੀਦਾ। ਉਹ ਕਹਿੰਦਾ ਮਾਤਾ ਦੱਸ। ਹੁਣ ਸਾਰੇ ਮਤਲਬ ਡਾਕਟਰੀ ਇਲਾਜ ਵੀ ਹੋ ਗਿਆ, ਹਰ ਚੀਜ਼ ਹੋ ਗਿਆ, ਨਹੀਂ ਹੋ ਰਿਹਾ। ਉਹ ਅੜਕੇ ਬੈਠੇ, ਉਹਨੇ ਸਤਸੰਗਤ ਗੱਲ ਕੀਤੀ। ਦਾਸ ਇੱਕ ਵਾਰੀ ਨਿਕਲਿਆ ਬੁੱਧਵਾਰ ਤੋਂ ਤੇ ਮੇਰੇ ਅੱਗੇ ਖੜਾ ਹੋ ਗਿਆ, ਮੈਨੂੰ ਕਹਿਣ ਲੱਗਾ, ਕਹਿੰਦੇ ਵੀਰ ਜੀ ਇੱਦਾਂ ਗੱਲ ਬਣ ਗਈ ਸਹਿਜੇ ਹੀ। ਦਾਸ ਦਾ ਮੈਂ ਕਿਹਾ ਕਮਲਿਆ ਤੇ ਪਹਿਲੇ ਗੱਲ ਕਰਦਾ ਵੀ ਹੋ ਸਕਦਾ ਗੁਰੂ ਨਾਨਕ ਸਾਹਿਬ ਤੇਰੇ ਲਈ ਦਾਤ ਲੈ ਕੇ ਬੈਠੇ ਹੋ, ਤੂੰ ਨੌਕੀ ਨਹੀਂ ਕੀਤਾ ਆਖੋ ਸਤਨਾਮ। ਹੋ ਸਕਦਾ ਦਾਤ ਲੈ ਕੇ ਬੈਠੇ, ਤੂੰ ਇੱਧਰ ਉੱਧਰ ਭੱਜੀ ਜਾਂਦਾ। ਮਹਾਰਾਜ ਕਹਿੰਦੇ ਭੱਜ ਲੈਣ ਦੇ, ਪਹਿਲੇ ਆਖੋ ਸਤਨਾਮ, ਭੱਜ ਲੈਣ ਦੇ। ਮੈਂ ਕਿਹਾ ਬਹਿ ਜਾ ਸਤਿਗੁਰਾਂ ਦੇ ਚਰਨਾਂ 'ਚ ਬਹਿ ਜਾ। 2 ਵਜੇ ਅੰਮ੍ਰਿਤ ਵੇਲਾ ਉੱਠਣਾ ਪੈਣਾ ਜੀ, ਉੱਠਾਂਗੇ। 3-3.5 ਘੰਟੇ ਦਾ ਬਾਣੀ ਦਾ ਨੇਮ ਹੋਏਗਾ ਜੀ, ਕਰਾਂਗੇ। ਸਿਦਕ 'ਚ ਕੀਤਾ ਸਿਦਕ, ਮੈਂ ਸਹਿਜੇ ਹੀ ਬੋਲਿਆ ਸੀ। ਮੈਂ ਕਿਹਾ ਹੋ ਸਕਦਾ ਸਤਿਗੁਰ ਦਾਤ ਲੈ ਕੇ ਬੈਠੇ ਹੋ, ਦਾਤ ਲੈ ਕੇ ਬੈਠੇ ਹੋਣ, ਹੋ ਸਕਦਾ ਤੇ ਤੂੰ ਬੂਆ ਹੀ ਨਹੀਂ ਖੜਕਾਉਂਦਾ ਪਿਆ। ਮੈਂ ਕਿਹਾ ਪਹਿਲੇ ਗੱਲ ਕਿਉਂ? ਕਹਿੰਦੇ ਜੀ ਬਸ ਇੱਕ ਸ਼ਰਮ ਸੀ। ਕਈ ਵਾਰੀ ਬੰਦੇ ਨੂੰ ਸ਼ਰਮ ਆਉਂਦੀ ਹੈ, ਨਹੀਂ ਬੰਦਾ ਗੱਲ ਕਰਦਾ, ਆਂਦਾ ਰੋਸ਼ ਸੀ ਜੀ, ਪਿਆਰ ਬੜਾ। ਬਹਿ ਗਿਆ ਜੀ ਅੰਮ੍ਰਿਤ ਵੇਲੇ, ਰੋਜ਼ 2 ਵਜੇ ਕੇਸੀ ਇਸ਼ਨਾਨ ਕਰਕੇ ਮੀਆਂ ਬੀਬੀ ਨੇ ਬਹਿ ਜਾਣਾ, ਸੁੱਚ ਪਵਿੱਤਰਤਾ ਦੇ ਨਾਲ ਫੜ ਲੈਣੇ ਗੁਰੂ ਨਾਨਕ ਸਾਹਿਬ ਦੇ ਚਰਨ ਬਾਣੀ ਰਾਹੀਂ। ਬਾਣੀ ਗੁਰੂ, ਗੁਰੂ ਹੈ ਬਾਣੀ ਹੀ ਗੁਰੂ ਨਾਨਕ, ਗੁਰੂ ਨਾਨਕ ਹੀ ਬਾਣੀ। ਸਤਸੰਗ ਚਲੋ ਪਕੜ ਲਓ, ਗੁਰੂ ਨਾਨਕ ਸਾਹਿਬ ਦੇ ਚਰਨ ਬਾਣੀ ਰਾਹੀਂ ਪਕੜ ਲਏ ਜੀ। ਐਸੀ ਗੁਰੂ ਨਾਨਕ ਨੇ ਰਹਿਮਤ ਕੀਤੀ ਸਤਸੰਗ, 2 ਮਹੀਨੇ ਬਾਅਦ ਹੀ ਬਖਸ਼ਿਸ਼ ਹੋ ਗਈ, ਆਖੋ ਸਤਨਾਮ। 15 ਸਾਲ ਗੱਲ ਨਹੀਂ ਬਣੀ, ਉਹੀ ਗੱਲ ਸੀ ਗੁਰੂ ਨਾਨਕ ਦਾਤ ਲੈ ਕੇ ਬੈਠੇ ਨੇ, 2 ਮਹੀਨੇ ਬਾਅਦ ਹੀ ਬਖਸ਼ਿਸ਼ ਹੋ ਗਈ। ਹੁਣ ਸੁਣਨਾ ਧਿਆਨ ਨਾਲ, ਜਦੋਂ 4-5 ਮਹੀਨੇ ਲੰਘੇ ਨਾ, 5-6 ਮਹੀਨੇ, ਉਹਨੇ ਉਦੋਂ ਮੈਨੂੰ ਆ ਕੇ ਦੱਸਿਆ, ਜਦੋਂ ਬੁੱਧਵਾਰ ਦੀ ਸਮਾ ਮਿਲਦਾ ਮੈਨੂੰ ਬੁੱਧਵਾਰ ਹੀ ਸੀ ਜੀ ਦੀਵਾਨ ਤੋਂ ਬਾਅਦ, ਮੈਨੂੰ ਆ ਕੇ ਕਹਿਣ ਲੱਗਾ, ਜਦੋਂ ਦਾਸ ਗੱਡੀ 'ਚ ਬੈਠਾ ਤੇ ਸਾਹਮਣੇ ਖੜਾ। ਮੈਂ ਕੀ ਹੋਏ? ਉਹਦੀਆਂ ਅੱਖਾਂ ਭਰੀਆਂ ਸਨ, ਗੱਚ ਭਰਿਆ। ਮੈਂ ਕਿਹਾ ਕੀ ਹੋਏ? ਸੁੱਖ ਹੈ, ਕਿਉਂਕਿ ਦੱਸ ਚੁੱਕਾ ਸੀ ਬਖਸ਼ਿਸ਼ ਹੋ ਗਈ ਹੈ। ਮੈਂ ਕਿਹਾ ਸੁੱਖ ਹੈ? ਕਹਿੰਦੇ ਜੀ ਡਾਕਟਰ ਨੇ ਦੱਸਿਆ ਗੁਰੂ ਨਾਨਕ ਨੇ ਇੰਨੀ ਕਿਰਪਾ ਕੀਤੀ ਹੈ ਕਿ 1 ਨਹੀਂ 2 ਨੇ ਗਰਭ ਦੇ ਵਿੱਚ ਟਵਿੰਸ ਨੇ ਜੀ, ਆਖੋ ਸਤਨਾਮ, ਟਵਿੰਸ ਨੇ। ਕਿਤੇ 15 ਸਾਲ 'ਚ 1 ਨਹੀਂ, ਕਿਤੇ ਗੁਰੂ ਨਾਨਕ ਦਾਤ ਲੈ ਕੇ ਬੈਠ, ਆਹ ਤੇ ਲੈ ਜਾ। ਸਾਡੇ ਜਾਣ 'ਚ ਕਮੀ ਹੈ, ਜਾਂਦੇ ਨਹੀਂ, ਬੂਹਾ ਨਹੀਂ ਖੜਕਾਉਂਦੇ, ਬੈਠਦੇ ਨਹੀਂ, ਅੰਮ੍ਰਿਤ ਵੇਲੇ ਉੱਠਦੇ ਨਹੀਂ। ਗੁਰੂ ਨਾਨਕ ਕਹਿੰਦੇ ਆਹ ਲੈ ਜਾ, ਰੱਖੀਆਂ ਦਾਤਾਂ ਤੇਰੇ ਲਈ ਬਚਿਆ, ਪਿਓ ਦੀਆਂ ਦਾਤਾਂ ਪੁੱਤਰ ਲਈ ਨਹੀਂ ਤਾਂ ਕਿਹਦੇ ਲਈ ਹੈ? ਪਿਓ ਦੀਆਂ ਦਾਤਾਂ ਤੇ ਕਿਹਦਾ ਹੱਕ ਹੈ ਪੁੱਤਰ ਦਾ? ਪੁੱਤਰ ਨੂੰ ਜਾਣਾ ਪਏਗਾ ਜੀ, ਵੀ ਹੈਵ ਟੂ ਗੋ, ਸਮਝਾਉਣਾ ਪਏਗਾ। ਜਦੋਂ ਸਮਾਂ ਪੂਰਾ ਹੋਇਆ, ਪੈਰਾ ਹੋਰ ਵਧਾ ਦਿੱਤਾ ਜੀ, ਨੇਮ ਹੋਰ ਵਧਾ ਦਿੱਤਾ, ਦਿਨ ਦਾ ਵੀ ਨੇਮ ਦੇ ਦਿੱਤਾ ਗਿਆ, ਕਿਉਂਕਿ 15 ਸਾਲ ਬਾਅਦ ਉਹ ਵੀ ਜੋੜਾ ਹੋ ਰਿਹਾ। ਫਿਰ 100 ਕਿਸਮ ਦੀਆਂ ਸੁਰਤੀਆਂ ਬਿਰਤੀਆਂ ਹੁੰਦੀਆਂ ਨੇ ਸਤਸੰਗ, ਤੁਸੀਂ ਸਮਝਦੇ ਹੋ। ਉਹਨੂੰ ਹੋਰ ਪੈਰਾ ਬਈ ਵਾਲ ਲਾ ਲੈ, ਚੌਗਿਰਦ ਹਮਾਰੇ ਰਾਮਕਾਰ ਦੁੱਖ ਲੱਗੇ, ਕਿਉਂਕਿ ਸਾਡਾ ਹੋਰ ਸਹਾਰਾ ਕਿਹੜਾ ਹੈ ਜੀ? ਬੈਠੇ ਸਾਡਾ ਹੋਰ ਕਿਹੜਾ ਸਹਾਰਾ? ਬਾਣੀ, ਬਾਣੀ ਦੀ ਵਾਲ ਲਾ ਲਓ, ਕੋਈ ਅੰਗਰ ਡੰਗਰ ਸਤਸੰਗ ਕੋਈ ਅੰਦਰ ਨਹੀਂ ਆਏਗਾ ਜੀ, ਕਿਸੇ ਨੇ ਤੁਹਾਡੀ ਖੇਤੀ ਨਹੀਂ ਉਜਾੜਨੀ ਜੀ। ਸੱਚ ਮੈਨੂੰ ਹੁਣ ਵੀ ਯਾਦ ਹੈ, ਗੁਰਦੁਆਰੇ ਧਰਮਪੁਰਾ ਗੁਰਦੁਆਰਾ ਜੀ,
ਆ ਸਮਾਗਮ ਖਤਮ ਹੋਇਆ ਬੁੱਧਵਾਰ ਦਾ, ਜਦੋਂ ਮੈਂ ਬਾਹਰ ਆਇਆ ਗੱਡੀ 'ਚ ਬੈਠਾ ਤੇ ਡੱਬਾ ਲੈ ਕੇ ਖੜਾ ਸੀ। ਮੈਂ ਕਿਹਾ ਵੀ ਕੀ ਹੋਇਆ ਜੀ, ਗੱਚ ਵਿਚਾਰੇ ਦਾ ਭਰਿਆ, ਅੱਖਾਂ ਛਲ ਕੇ। ਮੈਂ ਕੀ ਹੋਇਆ ਜੀ? ਕਹਿੰਦੇ ਜੀ ਗੁਰੂ ਨਾਨਕ ਨੇ ਮਿਹਰ ਕੀਤੀ, ਦੋਨੋਂ ਮੁੰਡੇ ਹੋਏ ਨੇ। ਆਖੋ ਸਤਨਾਮ, ਦੋਨੋਂ ਮੁੰਡੇ ਹੋਏ। ਮੈਂ ਕਿਹਾ ਚੱਲ ਮੁੰਡੇ ਕੁੜੀ ਉਹ ਗੱਲ ਬਾਅਦ ਦੀ, ਇਹ ਦਸ ਬੱਚੇ ਰਾਜੀ ਨੇ? ਕਹਿੰਦੇ ਜੀ ਰਾਜੀ। ਬੀਬੀ ਰਾਜੀ? ਕਹਿੰਦੇ ਜੀ ਰਾਜੀ। ਮੈਂ ਕਿਹਾ ਗੁਰੂ ਨਾਨਕ ਦੇਖੋ ਦਾਤ ਲੈ ਕੇ ਬੈਠੇ ਸਨ, 15 ਸਾਲ ਬੂਹਾ ਨਹੀਂ ਖੜਕਾਇਆ, ਤੇ ਜਦੋਂ ਖੜਕਾਉਣ ਲੱਗੇ ਤੇ 2 ਮਹੀਨੇ ਵਿੱਚ ਹੀ ਦਾਤ ਦੇ ਦਿੱਤੀ। ਆਖੋ ਸਤਨਾਮ। ਕਰਮਾਂ ਵਾਲਿਓ, ਅੰਮ੍ਰਿਤ ਵੇਲਾ ਸੰਭਾਲੋ, ਤਾਰਿਆਂ ਦੀ ਛਾਂ ਸੰਭਾਲੋ, ਪਿੰਨੀ ਰਹਿਣ ਵਾਲੀ ਹੈ ਚਮਕਣ ਤਾਰੇ ਜਾਗੇ ਮੇਰੇ ਰਾਮ ਪਿਆਰੇ। ਅੱਛਾ ਇੱਕ ਚੀਜ਼ ਹੋਰ ਮੈਂ ਗੱਲ ਕਰਦਾ ਜਾਵਾਂ ਸਾਧ ਸੰਗਤ, ਕਿਉਂਕਿ ਸਮਾਂ ਅੱਗੇ ਤੁਰਦਾ ਜਾ ਰਿਹਾ। ਦਾਸ ਦਾ ਮਨ ਹੁੰਦਾ ਅਗਰ ਕੋਈ ਪੁਆਇੰਟ ਖੋਲਣਾ ਤਾਂ ਪੂਰੀ ਤਰ੍ਹਾਂ ਖੋਲੇ, ਪੂਰੀ ਤਰ੍ਹਾਂ, ਭਾਵੇਂ ਦੂਸਰਾ ਪੁਆਇੰਟ ਆਪਾਂ ਨਾ ਖੋਲੀਏ, 2 ਹੀ ਖੋਲੀਏ 3 ਹੀ ਖੋਲੀਏ, ਪਰ ਖੋਲੀਏ ਪੂਰੇ। ਅੱਜ ਕੱਲ੍ਹ ਸਾਧ ਸੰਗਤ ਕੁਛ ਐਸੇ ਗਿਆਨੀ, ਕੁਝ ਐਸੇ ਸਿਆਣੇ ਪੁਰਸ਼ ਭਟਕਾਉਣ ਦਾ ਯਤਨ ਕਰ ਰਹੇ ਨੇ। ਕੀ ਕਹਿ ਰਹੇ? ਕਹਿੰਦੇ ਜੀ ਬਾਣੀ ਅੰਮ੍ਰਿਤ ਹੈ, ਜਦੋਂ ਮਰਜ਼ੀ ਇਹ ਅੰਮ੍ਰਿਤ ਬਾਣੀ ਪੜ੍ਹ ਲਓ, ਜਿਸ ਵੇਲੇ ਪੜ੍ਹ ਲਓਗੇ ਉਹ ਅੰਮ੍ਰਿਤ ਵੇਲਾ ਹੋ ਗਿਆ। ਆਖੋ ਸਤਨਾਮ। ਲੈ ਕਰ ਲੈ ਗੱਲ, ਇਹ ਕਮਾਲ ਦੀ ਗੱਲ ਹੈ। ਇਹ ਚੈਲੰਜ ਕਰਦੇ ਪਏ ਨੇ ਗੁਰੂ ਨੂੰ, ਕਿਹੜੀ ਸੋਚ ਦੇ ਬੰਦੇ ਨੇ? ਮੈਂ ਤਾਂ ਕਲੀਅਰ ਕਹਿੰਦਾ ਜੀ, ਲਾਈਵ ਜਾਂਦਾ ਮੈਂ ਕਲੀਅਰ ਕਹਿੰਦਾ, ਕਿਹੜੀ ਸੋਚ ਦੇ ਬੰਦੇ ਨੇ, ਕਿੱਥੋਂ ਆਏ ਨੇ, ਕਿਉਂ ਭਰਮ ਪਾਉਣਾ ਚਾਹੁੰਦੇ ਨੇ ਸਾਡੇ ਵਿੱਚ? ਕਿਉਂ? ਜਦੋਂ ਮਰਜ਼ੀ ਬੈਠ ਜਾਓ, ਹੁਣ ਦੁਪਹਿਰੇ 2:30 ਵਜੇ ਮੰਨ ਲਓ ਕੋਈ ਬਹਿ ਜਾਵੇ, ਤੇ ਕੀ ਅੰਮ੍ਰਿਤ ਵੇਲਾ ਕਹਾਂਗੇ? ਦੁਪਹਿਰੇ 2:30 ਵਜੇ ਬਹਿ ਜਾਓ ਅੰਮ੍ਰਿਤ ਵੇਲਾ? ਕਹਿੰਦਾ ਨਾ ਜੀ, ਜਦੋਂ ਬੈਠ ਜਾਓ, ਬਾਣੀ ਅੰਮ੍ਰਿਤ, ਜਦੋਂ ਮਰਜ਼ੀ ਬੈਠ ਜਾਓ ਅੰਮ੍ਰਿਤ ਵੇਲਾ ਹੋ ਗਿਆ। ਬਹੁਤ ਕਮਾਲ ਕਰ ਦਿਓ। ਮੇਰੇ ਸਤਿਗੁਰ ਜੀ ਕਹਿੰਦੇ ਨੇ ਝਾਲਾ ਅੱਗੇ ਉੱਠ ਨਾਮ ਜਪ। ਝਾਲਾ ਅੱਗੇ ਦਾ ਮਤਲਬ ਕੀ ਹੋਇਆ? ਦੁਪਹਿਰੇ 2:30 ਵਜੇ ਕਹਾਂਗੇ ਝਾਲਾ ਅੱਗੇ ਅੰਮ੍ਰਿਤ ਵੇਲੇ ਨੂੰ? ਕਹਿੰਦੇ ਤਾਰਿਆਂ ਦੀ ਛਾਂ। ਸਾਬਾਹੀ, ਸਾਬਾਹੀ ਦਾ ਮਤਲਬ ਸੁਬਾਹ, ਸੁਬਹੇ ਦੇ ਵੇਲੇ ਸਾਬਾਹੀ। ਹੁਣ ਦੁਪਹਿਰੇ 2:30 ਵਜੇ ਕਹਾਂਗੇ, ਦੁਪਹਿਰ ਦੇ ਸ਼ਿਖਰ ਦੇ 2:30 ਵਜੇ ਆਪਾਂ ਕਹਾਂਗੇ ਸਵੇਰ ਹੋ ਗਈ ਹੈ ਜੀ, ਇਸ਼ਨਾਨ ਕਰ ਲਓ, ਸਵੇਰ ਹੋ ਗਈ ਹੈ ਜੀ, ਪਾਣੀ ਪੜ ਲਓ, ਕਹਾਂਗੇ ਹੱਦ ਹੋ ਗਈ। ਫਿਰ ਪਾਤਸ਼ਾਹ ਕਈ ਥਾਵਾਂ ਤੇ ਕਹਿੰਦੇ ਪ੍ਰਭਾਤੇ ਪ੍ਰਭ ਨਾਮ ਜਪ, ਪ੍ਰਭਾਤੇ ਪ੍ਰਭ ਨਾਮ ਜਪ। ਹੁਣ ਪ੍ਰਭਾਤ ਕੀ ਹੈ? ਦੁਪਹਿਰ ਦੇ 2:30 ਵਜੇ ਨੂੰ ਪ੍ਰਭਾਤੇ ਬੋਲਾਂਗੇ? ਗੁਰਸਤਿਗੁਰ ਕਾ, ਗੁਰੂ ਰਾਮਦਾਸ ਮਹਾਰਾਜ ਕਹਿੰਦੇ ਗੁਰਸਤਿਗੁਰ ਕਾ ਜੋ ਸਿੱਖ ਖਾਏ ਸੋ ਭਲਕੇ ਉੱਠ। ਹੁਣ ਭਲਕੇ ਕੀ ਕਹਾਂਗੇ? ਭਲਕੇ ਉੱਠ ਹਰ ਨਾਮ ਤੇ ਆਵੇ। ਜੇ ਤੁਹਾਡੀ ਗੱਲ ਮੰਨੀਏ ਤੇ ਕੀ ਗੁਰੂ ਰਾਮਦਾਸ ਮਹਾਰਾਜ ਦਾ ਇਹ ਬਚਨ ਏਦਾਂ ਢੁਕੇਗਾ ਕਿ ਦੁਪਹਿਰੇ 2:30 ਵਜੇ ਉੱਠ ਕੇ ਨਾਮ ਜਪ? ਕੀ ਇਹ ਫਿੱਟ ਬੈਠਦਾ ਹੈ? ਪਾਤਸ਼ਾਹ ਕਹਿੰਦੇ ਭਲਕੇ ਉੱਠ ਹਰ ਨਾਮ ਤੇ ਆਵੇ। ਇਹਦਾ ਮਤਲਬ ਆਪਾਂ ਕੀ ਇਹ ਬੋਲ ਸਕਦੇ ਹਾਂ ਕਿ ਦੁਪਹਿਰੇ 2:30 ਵਜੇ ਉੱਠ ਕੇ ਨਾਮ ਜਪ? ਨਹੀਂ, ਮੈਂ ਬਿਲਕੁਲ ਨਹੀਂ। ਭਲਕੇ ਉੱਠ ਹਰ ਨਾਮ ਤੇ ਆਵੇ, ਅੰਮ੍ਰਿਤ ਵੇਲੇ ਜਾਗਣਾ ਪਏਗਾ, ਜਾਗਣਾ ਪਏਗਾ। ਮਸਟ, ਨੋ ਇਫ ਨੋ ਬਟ, ਕੋਈ ਐਕਸਕਿਊਜ਼ ਨਹੀਂ ਹੈ ਸਾਧ ਸੰਗਤ, ਕੋਈ ਆਪਸ਼ਨ, ਕੋਈ ਅਪੀਲ ਦਲੀਲ ਨਹੀਂ ਦਿੱਤੀ, ਕੋਈ ਸਾਡੇ ਤੇ ਨਹੀਂ ਛੱਡਿਆ ਕਿ ਪਤਾ ਨਹੀਂ ਜਾਗਾਂਗਾ ਦੇਖ ਲਾਂਗਾ, ਨਾ। ਮੈਂ ਸਿੱਧੇ ਲਫ਼ਜ਼ਾਂ 'ਚ ਕਹਿ ਰਿਹਾ ਜੀ, ਬਖਸ਼ਿਸ਼ ਤਾਂ ਇੱਕ ਪਾਸੇ ਛੱਡੋ, ਸਜ਼ਾ ਹੈ, ਨਹੀਂ ਜਾਗਣ ਦੀ ਸਜ਼ਾ ਹੈ, ਸਜ਼ਾ ਹੈ। ਕਰਮਾਂ ਵਾਲਿਓ, ਆਹ ਹੱਥ ਬਣ ਬੇਨਤੀ, ਇਹ ਸਜ਼ਾ ਹੀ ਹੈ ਜੀ, ਸਜ਼ਾ ਹੀ। ਬਾਬਾ ਫਰੀਦ ਜੀ ਦੀ ਰਸਮਾਂ ਤੋਂ ਜਿਹੜਾ ਬੋਲ ਪਏ, ਫਰੀਦਾ ਪਿੱਛਲ ਰਾਤ ਨਾ ਜਾਗਿਓ, ਜੀਵਨ ਦੜੋ ਮੋਇਓ, ਜੀਂਦਿਆਂ ਹੀ ਮੋਇਆ। ਉਹ ਗੁਰੂ ਦੀ ਨਿਗਾਹ 'ਚ ਜਿਹੜਾ ਮਰ ਗਿਆ, ਕਦੀ ਸਾਧ ਸੰਗਤ ਉਹਦੀ ਔਕਾਤ ਰਹੇਗੀ? ਕਦੀ ਉਹਦੀ ਇੱਜ਼ਤ ਰਹੇਗੀ? ਫਿਰ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ, ਕਹਿੰਦੇ ਭਲਕੇ ਉੱਠ ਪਰਾਉਣਾ ਮੇਰੇ ਘਰ ਆਓ। ਆਖੋ ਸਤਨਾਮ। ਮੇਰੇ ਘਰ ਆਓ, ਮੇਰੇ ਘਰ ਮਤਲਬ ਇਹ ਸੰਗਤ ਰੂਪੀ ਘਰ। ਭਲਕੇ ਉੱਠ ਪਰਾਉਣਾ, ਇਹ ਸੰਸਾਰ ਦੇ ਵਿੱਚ ਆਏ ਪਰਾਉਣੇ, ਚੰਦ ਸਾਲਾਂ ਦੇ ਮਹਿਮਾਨ, ਮਹਿਮਾਨ ਕਰਕੇ ਬੁਲਾਇਆ ਮਹਾਰਾਜ ਨੇ ਪਰਾਉਣਾ। ਕਹਿੰਦੇ ਭਲਕੇ ਉੱਠ ਅੰਮ੍ਰਿਤ ਵੇਲੇ ਉੱਠ ਪਰਾਉਣਿਆ, ਤੂੰ ਤਾਂ ਇੱਦਾਂ ਪਸਰ ਕੇ ਬੈਠਾ ਹੋਇਆ ਕਿ ਜਿਵੇਂ ਬਸ ਇੱਥੋਂ ਜਾਣਾ ਹੀ ਨਹੀਂ, ਮਹਿਮਾਨ ਹੈ, ਜਾਣਾ, ਕੁਝ ਕਮਾਈਆਂ ਕਰ ਜਾ, ਕੁਝ ਕਮਾਈਆਂ ਕਰ। ਭਲਕੇ ਉੱਠ ਪਰਾਉਣਾ ਮੇਰਾ ਘਰ ਆਓ। ਤੇ ਸਾਹਿਬ ਨੂੰ ਪੁੱਛਿਆ, ਸੱਜੇ ਪਾਤਸ਼ਾਹ ਜਿਹੜੇ ਭਲਕੇ ਉੱਠ ਕੇ ਬੰਦਗੀ ਕਰਦੇ, ਫਿਰ ਉਹਨਾਂ ਲਈ ਤੁਹਾਡਾ ਕਿਵੇਂ? ਪਾਤਸ਼ਾਹ ਕਹਿੰਦੇ ਜਿਹੜੇ ਉੱਠਦੇ ਨੇ ਉਹਨਾਂ ਬਾਰੇ ਪੁੱਛਦੇ ਹੋ ਜੀ ਮਹਾਰਾਜ?
ਕਹਿੰਦੇ ਪਾਉ ਪਖਾਲਾ ਤੇ ਸਕੇ ਆਖੋ ਸਤਨਾਮ। ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਹਿ ਰਹੇ ਨੇ, ਮੈਂ ਨੀ ਕਹਿ ਰਿਹਾ, ਕਹਿੰਦੇ ਪਾਉ ਪਖਾਲਾ ਤੇ ਸਕੇ। ਪਖਾਲਾ ਪਤਾ ਪਖਾਲਾ ਦਾ ਮਤਲਬ ਕੀ? ਉੱਪਰ ਬਿਠਾ ਕੇ ਪੈਰ ਧੋਣੇ ਤੇ ਪੂੰਝਣੇ, ਇਹਨੂੰ ਕਹਿੰਦੇ ਪਖਾਲਾ। ਇੰਨਾ ਮਾਣ ਦਿੱਤਾ ਅੰਮ੍ਰਿਤ ਵੇਲੇ ਜਾਗਣ ਵਾਲੇ ਨੂੰ। ਪਾਉ ਪਖਾਲਾ ਤਿਸ ਕੇ ਮਨ ਤਨ ਨਿਤ ਪਾਉ। ਸਤ ਸੰਗਤ ਜੀ, ਇਹ ਗੁਰੂ ਨਾਨਕ ਦਾ ਬਚਨ ਅਸੀਂ ਸਾਰੇ ਕਮਾਈਏ, ਸਾਰੇ ਕਮਾਈਏ, ਔਰ ਜੇ ਨਾ ਕਮਾ ਸਕੇ ਤੇ ਫਿਰ ਗੁਰੂ ਨਾਨਕ ਦੀਆਂ ਖੁਸ਼ੀਆਂ ਨਹੀਂ ਜੀ। ਪਹਿਲਾ ਬਚਨ ਮੇਰੇ ਗੁਰੂ ਨਾਨਕ ਸਾਹਿਬ ਨੇ ਗੁਰੂ ਅੰਗਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੂੰ ਦਿੱਤਾ। ਬਾਬਾ ਕਬੀਰ ਜੀ ਦਾ ਇੱਥੇ ਤੱਕ ਕਹਿੰਦੇ ਨੇ, ਕਹਿੰਦੇ ਕਬੀਰ ਸੂਤਾ ਕਿਆ ਕਰੇ, ਕਬੀਰ ਸੋਧਾ ਕਿਆ ਕਰੇ, ਉੱਠ ਕੇ ਨਾ ਜਪੇ ਮੁਰਾਰ, ਇੱਕ ਦਿਨ ਸੋਵਣ ਹੋਏਗਾ ਲਾਂਬੇ। ਇੱਕ ਦਿਨ ਸੋਣਾ ਹੀ ਹੈ, ਸੋਣਾ ਹੀ ਹੈ, ਇੱਕ ਦਿਨ ਸੁਧਾ ਰਹੀ, ਬੜੇ ਬੜੇ ਤੈਨੂੰ ਜਗਾਉਣਗੇ, ਨਹੀਂ ਜਾਗੇਗਾ ਤੂੰ ਆਖੋ ਸਤਨਾ। ਇੰਨੀ ਲੰਬੀ ਨੀਂਦ ਸੋਣੀ ਹੈ, ਹੁਣ ਕਿਉਂ ਸੁੱਤਾ ਹੈ, ਉੱਠ ਜਾ, ਉੱਠ ਜਾ। ਅੰਮ੍ਰਿਤ ਵੇਲਾ ਸਾਂਭੀ, ਦਸ ਸਿੰਘ ਕਿਸੇ ਨੂੰ ਛੂਟ ਨਹੀਂ ਦਿੱਤੀ। ਦਾਸ ਨੇ ਇੱਕ ਵਾਰੀ ਬਚਨ ਸੁਣਿਆ ਸੀ, ਬਾਬਾ ਸੁਖਦੇਵ ਸਿੰਘ ਜੀ, ਸ਼ਾਇਦ ਤੁਸੀਂ ਵੀ ਇਹ ਬਚਨ ਸੁਣਿਆ ਹੋਵੇ। ਉਹ ਵੀਡੀਓ ਮੈਂ ਅਕਸਰ ਜ਼ਿਕਰ ਕਰਦਾ ਜੀ, ਇਹ ਵੀਡੀਓ ਦਾ। ਉਹ ਕਹਿੰਦੇ ਸਨ, ਕਹਿੰਦੇ ਗੁਰੂ ਨਾਨਕ ਨੇ ਕਿਸੇ ਨੂੰ ਛੂਟ ਨਹੀਂ ਦਿੱਤੀ, ਨਾ ਪਹਿਲੇ ਸ਼ੁਰੂ ਹੋਏ ਇਸ ਕੈਟੇਗਰੀ ਤੋਂ, ਨਾ ਢਾਡੀ, ਨਾ ਰਾਗੀ, ਨਾ ਗ੍ਰੰਥੀ, ਨਾ ਪ੍ਰਚਾਰਕ। ਫਿਰ ਕਹਿੰਦੇ ਨਾ ਮੰਤਰੀ, ਨਾ ਸੰਤਰੀ, ਨਾ ਕੋਈ ਏਦਾਂ ਦਾ ਪੋਲੀਟੀਕਲ ਬੰਦਾ, ਉਹਨੂੰ ਵੀ ਸਤਸੰਗ ਛੂਟ ਨਹੀਂ। ਤੂੰ ਰਾਤੀ ਜਿੱਥੇ ਮਰਜ਼ੀ ਜਲਸੇ ਤੇ ਜਾ, ਜਿੱਥੇ ਮਰਜ਼ੀ ਤੂੰ ਆ ਕਰ, ਕੈਂਪੀਅਨ ਕਰ, ਜੋ ਮਰਜ਼ੀ ਕਰ, ਪਰ ਜੇ ਅੰਮ੍ਰਿਤ ਵੇਲੇ ਨਹੀਂ ਜਾਗ ਰਿਹਾ ਗੁਰੂ ਦਾ ਗੁਨੇਗਾਰ ਤੂੰ, ਆਖੋ ਸਤਨਾਮ। ਫਿਰ ਕਹਿੰਦੇ ਭਾਵੇਂ ਗ੍ਰਸਤੀ, ਭਾਵੇਂ ਉਹ ਸਰਵਿਸਮੈਨ, ਭਾਵੇਂ ਉਹ ਬਿਜ਼ਨਸਮੈਨ, ਕੋਈ ਹੋਵੇ, ਕਿਸੇ ਨੂੰ ਛੂਟ ਨਹੀਂ। ਅਖੀਰ 'ਚ ਕਹਿਣ ਲੱਗੇ, ਕਹਿੰਦੇ ਭਾਵੇਂ ਉਹ ਹੋਵੇ ਸੰਤ ਤੇ ਭਾਵੇਂ ਹੋਵੇ ਸੰਤ ਦਾ ਪਿਓ, ਆਖੋ ਸਤਨਾਮ। ਏਦਾਂ ਉਹਨਾਂ ਨੇ ਆਹੀ ਲਫ਼ਜ਼ ਵਰਤੇ, ਕਹਿੰਦੇ ਭਾਵੇਂ ਹੋਵੇ ਸੰਤ ਤੇ ਭਾਵੇਂ ਹੋਵੇ ਸੰਤ ਦਾ ਪਿਓ। ਕਹਿੰਦਾ ਕਿਸੇ ਨੂੰ ਗੁਰੂ ਨਾਨਕ ਨੇ ਛੂਟ ਨਹੀਂ ਦਿੱਤੀ, ਕਿਸੇ ਨੂੰ ਵੀ ਛੂਟ ਨਹੀਂ ਦਿੱਤੀ। ਅੰਮ੍ਰਿਤ ਵੇਲੇ ਜਾਗ ਰਹੇ ਹਾਂ, ਗੁਰੂ ਨਾਨਕ ਦੀ ਬਖਸ਼ਿਸ਼ ਲੈ ਰਹੇ ਹਾਂ, ਆਹ ਮਾਰਗ ਦੱਸਿਆ। ਤੇ ਜੇ ਹੁਣ ਮਾਰਗ ਤਾਂ ਦੱਸਤਾ ਗੁਰੂ ਨੇ, ਹੁਣ ਨਾ ਚੱਲੀਏ ਤੇ ਗੁਨੇਗਾਰ ਅਸੀਂ ਹਾਂ ਨਾ ਜੀ, ਅਸੀਂ ਹੀ ਗੁਨੇਗਾਰ ਹਾਂ, ਮਾਰਗ ਤਾਂ ਦੱਸਤਾ। ਥੋੜਾ ਜਿਹਾ ਮੈਂ ਹੋਰ ਖੋਲ ਦਿਆਂ ਜੀ, ਕਿਉਂਕਿ ਕਈਆਂ ਨੂੰ ਰਾਹ ਮਿਲਣਾ ਹੁੰਦਾ। ਮਹਾਰਾਜ ਕਹਿੰਦੇ ਤਾਰਿਆਂ ਦੀ ਛਾਂ, ਅੰਮ੍ਰਿਤ ਵੇਲਾ ਹੁੰਦਾ ਜੀ 3 ਤੋਂ 6 ਦਾ। ਤੇ ਬਾਬਾ ਆਨੰਦ ਸਿੰਘ ਜੀ ਬਚਨ ਕਰਦੇ ਸਨ, ਜਿਹੜੇ ਵਿਅੰਗ ਵੀ ਸੰਤ ਨੇ ਉਹਨਾਂ ਵਾਸਤੇ 12 ਤੋਂ 6 ਦਾ ਇਹ ਅੰਮ੍ਰਿਤ ਵੇਲਾ। ਹੁਣ ਇੱਕ ਸ਼ਹਿਰੀ ਬੰਦਾ, ਇਹ ਦਾਸ ਨੇ ਕਾਨਪੁਰ ਗੱਲ ਕਹੀ ਸੀ, ਇੱਕ ਸ਼ਹਿਰੀ ਬੰਦਾ ਦੁਕਾਨ ਬੰਦ ਕਰਦਾ ਹੈ, ਆਉਂਦਿਆਂ ਆਉਂਦਿਆਂ ਨੂੰ 10:30 ਵੱਜ ਕੇ ਆਇਆ, ਇਸ਼ਨਾਨ ਪਾਣੀ ਕੀਤਾ, 11:30, 12:30 ਵੱਜ, ਪਰਿਵਾਰ ਨੂੰ ਵੀ ਟਾਈਮ ਦਿੰਦਾ, ਗ੍ਰਸਤੀ ਨੂੰ ਵੀ ਟਾਈਮ ਦਿੰਦਾ, ਕਰਦਿਆਂ ਕਰਦਿਆਂ 12:30-1 ਵੱਜ ਗਿਆ ਜੀ ਸੌਂਦਿਆਂ। ਹੁਣ ਜਿਹੜਾ 12:30-12 ਸੋ ਰਿਹਾ ਉਹ ਉੱਠੇਗਾ 2:30 ਵਜੇ? ਉਹ 3 ਵਜੇ ਉੱਠੇ? ਪੋਸੀਬਲ ਹੀ ਨਹੀਂ, ਬੜਾ ਕੋਈ ਰੇਅਰ ਮਰਦ ਬੰਦਾ ਹੋਵੇ ਜਿਹੜਾ ਉੱਠੇ, ਨਹੀਂ ਤਾਂ ਨਹੀਂ ਉੱਠ ਸਕਦਾ ਬੰਦਾ ਜੀ। ਫਿਰ ਇੱਕ ਕੰਮ ਕਰ ਲਓ, ਅਵਲ ਤਾਂ ਸਤਿਗੁਰ ਜੀ ਕਹਿੰਦੇ ਨੇ ਜਲਦੀ ਸੋ ਤੇ ਜਲਦੀ ਜਾਗ। ਕਿਉਂ 10 ਵਜੇ ਬੰਦ ਕਰਨਾ? ਉਨਾ ਹੀ ਸਤਿਗੁਰ ਕਹਿੰਦੇ ਨੇ ਜੋ ਮਿਲਣਾ ਪ੍ਰਲਬਧ ਦੇ ਵਿੱਚ ਉਹ ਤੈਨੂੰ ਮਿਲ ਜਾਣਾ। ਪਰ ਚਲੋ ਸ਼ਹਿਰੀ ਬੰਦੇ ਕਰਕੇ ਸਾਧ ਸੰਗਤ ਬੰਦਾ ਨਹੀਂ ਸਮਝਦਾ, ਨਹੀਂ ਮੈਂ 9 ਵਜੇ ਦੁਕਾਨ ਬੰਦ ਕਰਨੀ ਉਹਨੇ। ਫਿਰ ਨਾ ਨਾਲੋਂ ਕੁਝ ਚੰਗਾ, ਸਮਥਿੰਗ ਇਜ਼ ਬੈਟਰ ਦੈਨ ਨਥਿੰਗ, ਸਮਥਿੰਗ ਕੁਛ ਤਾਂ ਕਰੀਏ। ਤੇ ਜਦੋਂ ਇਸ਼ਨਾਨ ਕਰ ਲਿਆ ਨਾ ਵਾਹਿਗੁਰੂ ਆ ਕੇ ਇਸ਼ਨਾਨ ਕਰਕੇ ਪ੍ਰਸ਼ਾਦਾ ਛੱਕ ਕੇ ਸਾਰਾ ਇੱਦਾਂ, ਹੁਣ ਸਤ ਸੰਗਤ ਕਿਸੇ ਨੇ ਕੋਈ ਮੂੰਹ ਹੱਥ ਧੋ ਕੇ ਪ੍ਰਸ਼ਾਦਾ ਛੱਕ ਕੇ ਆਪਣੇ ਪਰਿਵਾਰ 'ਚ ਹੱਸਦੇ ਖੇਡਦੇ ਬੈਠਦੇ 12:30-12 ਵੱਜ ਕੇ ਥੋੜ੍ਹਾ ਜਿਹਾ ਐਂਟਰਟੇਨਮੈਂਟ ਕੀਤਾ ਆਪਣਾ, ਹੁਣ 12:15-12:30 ਵਜੇ ਸਤ ਸੰਗਤ ਇਸ਼ਨਾਨ ਕਰ ਲਓ, ਅੰਮ੍ਰਿਤ ਵੇਲੇ ਦਾ ਇਸ਼ਨਾਨ, ਇਸ਼ਨਾਨ ਕਰ ਲਓ, ਬੈਠ ਜਾਓ। ਨਾ ਨਾਲੋਂ ਤਾਂ ਚੰਗਾ ਨਾ ਜੀ, ਹਾਜ਼ਰੀ ਤਾਂ ਲੱਗ ਜਾਏਗੀ ਨਾ। ਹੁਣ ਅੱਜ ਮੰਨ ਲਓ, ਅੱਜ ਤਰੀਕ ਕੀ ਹੋ ਗਈ? 2 ਤਰੀਕ। ਹੁਣ ਅੱਜ 2 ਤਰੀਕ, ਇੱਕ ਮੰਨ ਲਓ ਬਲਵੰਤ ਸਿੰਘ ਨਾਮ ਦਾ ਬੰਦਾ ਹੈ ਜਾਂ ਗੁਰਦੇਵ ਕੌਰ ਨਾਮ ਹੈ, ਉੱਥੇ ਲਿਖਿਆ ਗਿਆ ਜੀ 2 ਤਰੀਕ ਬਲਵੰਤ ਸਿੰਘ ਐਬਸੈਂਟ, ਅੰਮ੍ਰਿਤ ਵੇਲੇ ਦੇ ਖਾਤੇ 'ਚ ਐਬਸੈਂਟ। 1 ਤਰੀਕ ਬਲਵੰਤ ਸਿੰਘ ਐਬਸੈਂਟ,
30 ਤਰੀਕ ਬਲਵੰਤ ਸਿੰਘ ਆਪ ਸਿੰਘ ਹੁਣ ਤੁਸੀਂ ਰਾਤੀ ਬੈਠ ਕੇ ਸਾਧ ਸੰਗਤ ਇੱਥੇ ਦੇ ਸਾਧਨ ਨਾਲ ਡੇਟ ਬਦਲੀ ਜਦੋਂ ਤੁਸੀਂ ਬੈਠੇ ਅੱਜ ਰਾਤ ਬੈਠੋਗੇ ਤੇ ਉੱਥੇ ਘੱਟੋ ਘੱਟ ਇਹ ਤਾਂ ਲਿਖਿਆ ਜਾਏਗਾ ਨਾ ਬਲਵੰਤ ਸਿੰਘ 3 ਤਰੀਕ ਪ੍ਰੈਜ਼ੈਂਟ ਆਖੋ ਸਤਨਾਮ ਹਾਜ਼ਰ ਰਿਹਾ ਹਾਜ਼ਰ ਰਿਹਾ ਆਇਆ ਸੀ ਨਿਤਨੇਮ ਕੀਤਾ ਇਹਨੇ ਬੰਦਗੀ ਕੀਤੀ ਹੈ ਪ੍ਰੈਜ਼ੈਂਟ ਹਾਜ਼ਰੀਆਂ ਬੋਲਦੀਆਂ ਨੇ ਬੋਲਦੀਆਂ ਨੇ ਸਾਸ ਅੱਜ ਵੀ ਬੋਲਦੀਆਂ ਨੇ ਸਾਡੀ ਵਾਰੀ ਵੀ ਬੋਲਦੀਆਂ ਸਨ ਅੱਜ ਵੀ ਬੋਲਦੀਆਂ ਕਿਸੇ ਬੱਚੇ ਦੀ ਹਾਜ਼ਰੀ ਘੱਟ ਹੋਵੇ ਨਾ ਘੱਟ ਤੇ ਸਾਧ ਸੰਗਤ ਕਲਾਸਰੂਮ ਤੋਂ ਬਾਹਰ ਕਰਤਾ ਜਾਂਦਾ ਤੇ ਜਿਹਦੀ ਬਹੁਤ ਹੀ ਘੱਟ ਹੋਵੇ ਅਟੈਂਡੈਂਸ ਸ਼ਾਰਟ ਹੋਣ ਤੇ ਪੇਪਰਾਂ 'ਚ ਨਹੀਂ ਬੈਠਣ ਦਿੱਤਾ ਜਾਂਦਾ ਮਾਮਾ ਨੂੰ ਪਤਾ ਪੇਰੈਂਟਸ ਨੂੰ ਪਤਾ ਸਾਧ ਸੰਗਤ ਨਹੀਂ ਬੈਠਣ ਦਿੱਤਾ ਜਾਂਦਾ ਧੱਕ ਦਿੱਤਾ ਜਾਂਦਾ ਬਾਹਰ ਹਾਜ਼ਰੀਆਂ ਬੋਲਦੀਆਂ ਨੇ ਹਾਜ਼ਰੀਆਂ ਲਵਾਇਆ ਕਰੋ ਕਰਮਾਂ ਵਾਲਿਓ ਕਰਮਾਂ ਵਾਲਿਓ ਹਾਜ਼ਰੀਆਂ ਲਵਾਇਆ ਕਰੋ ਜੇ ਤੂੰ ਮੇਰਾ ਹੋਏ ਰੇ ਸਭ ਜਗ ਤੇਰਾ ਸਭ ਤੇਰਾ ਕਰ ਦਿਆਂਗਾ ਕਰਮਾਂ ਵਾਲਿਓ ਅਵਲ ਤਾਂ ਆਏ ਹੋ ਆਰਾਮ ਕਰਕੇ ਉੱਠੋ ਤੇ ਉਹ ਜ਼ਿਆਦਾ ਮਹੱਤਵ ਪਰ ਜੇ ਨਹੀਂ ਉੱਠ ਸਕਦੇ ਰਾਤ ਬੈਠ ਜਾਓ ਦਿਓ ਵਾਹਿਗੁਰੂ ਜੀ ਨੂੰ ਟਾਈਮ ਉਹ ਵਾਹਿਗੁਰੂ ਜੀ ਵੀ ਦੇਖਦੇ ਹੋਣਗੇ ਇਹਨੇ ਬੱਚਿਆਂ ਨੂੰ ਵੀ ਟਾਈਮ ਦਿੱਤਾ ਇਹਨੇ ਪੇਰੈਂਟਸ ਨੂੰ ਵੀ ਟਾਈਮ ਦਿੱਤਾ ਇਹਨੇ ਰਿਸ਼ਤੇਦਾਰੀ ਨੂੰ ਵੀ ਟਾਈਮ ਦਿੱਤਾ ਇਹਨੇ ਕਾਰੋਬਾਰ ਨੂੰ ਵੀ ਟਾਈਮ ਦਿੱਤਾ ਓਏ ਇਹਨੇ ਲਾਸਟ 'ਚ ਮੈਨੂੰ ਵੀ ਟਾਈਮ ਦਿੱਤਾ ਆਖੋ ਸਤਨਾਮ ਮੈਨੂੰ ਪਰ ਹੁੰਦਾ ਕੀ ਹੈ ਮਹਾਰਾਜ ਉਡੀਕਦੇ ਹੀ ਰਹਿ ਜਾਂਦੇ ਪਰਿਵਾਰ ਨੂੰ ਵੀ ਟਾਈਮ ਦਿੱਤਾ ਕਾਰੋਬਾਰ ਨੂੰ ਵੀ ਦਿੱਤਾ ਪੇਰੈਂਟਸ ਨੂੰ ਵੀ ਦਿੱਤਾ ਰਿਸ਼ਤੇਦਾਰ ਨੂੰ ਵੀ ਦਿੱਤਾ ਪਾਤਸ਼ਾਹ ਕਹਿੰਦੇ ਜਦੋਂ ਮੇਰੀ ਵਾਰੀ ਆਈ ਤੇ ਸੋ ਗਿਆ ਆਖੋ ਸਤਨਾਮ ਲੱਤਾਂ ਪਸਾਰ ਕੇ ਸੋ ਗਿਆ ਨਹੀਂ ਕਰਮਾ ਵਾਲਿਓ ਨਹੀਂ ਇਹ ਗੁਰੂ ਨਾਨਕ ਸਾਹਿਬ ਨੇ ਨਹੀਂ ਸਿਖਾ ਅੰਮ੍ਰਿਤ ਵੇਲਾ ਕਦੇ ਸਾਈਂ ਲੱਕ ਲਾ ਕੇ ਨਹੀਂ ਲਿਖਿਆ ਸਤਿਗੁਰ ਔਰ ਕਿਸੇ ਵੀ ਮਹਾਂਪੁਰਖਾਂ ਦਾ ਸਤਸੰਗ ਜੀਵਨ ਪੜ੍ਹ ਲਓ ਸੁਣ ਲਓ ਵੇਖ ਲਓ ਵੇਖ ਲਓ ਜਿਹੜਾ ਗੁਰੂ ਨਾਨਕ ਦਾ ਘਰ ਦਾ ਮਹਾਂਪੁਰਖ ਸਤਸੰਗ ਡਾਢਾ ਅੰਮ੍ਰਿਤ ਵੇਲਾ ਹੁੰਦਾ ਜਿਹੜਾ ਅੰਮ੍ਰਿਤ ਵੇਲਾ ਸੰਭਾਲ ਗਿਆ ਗੁਰੂ ਨਾਨਕ ਦੀ ਰਹਿਮਤ ਲੈ ਜਾਏ